ਫਿਰੋਜ਼ਪੁਰ ਤਾਰੋਂ ਪਾਰ ਜ਼ਮੀਨ ਦੇ ਮਾਮਲੇ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਵੱਲੋਂ ਪ੍ਰੈਸ ਕਲੱਬ ਫਿਰੋਜ਼ਪੁਰ 'ਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਗੱਲਬਾਤ ਕਰਦਿਆਂ ਜਥੇਬੰਦੀ ਦੇ ਪੰਜਾਬ ਪ੍ਰਧਾਨ ਫਰਮਾਨ ਸਿੰਘ ਨੇ ਦੱਸਿਆ ਕਿ ਸਰਹੱਦੀ ਪਿੰਡਾਂ ਦੇ ਕਿਸਾਨ ਬਾਰਡਰ ਪਾਰ ਜ਼ਮੀਨਾਂ 'ਤੇ ਪਿਛਲੇ ਲੰਮੇ ਸਮੇਂ ਤੋਂ ਖੇਤੀ ਕਰਦੇ ਆ ਰਹੇ ਨੇ, ਕਿਉਂਕਿ ਉਹਨਾਂ ਦੇ ਪਿਓ ਦਾਦਿਆਂ ਨੇ ਬੰਜਰ ਜ਼ਮੀਨਾਂ 'ਤੇ ਦਿਨ ਰਾਤ ਮਿਹਨਤਾਂ ਕਰਕੇ ਇਹਨਾਂ ਨੂੰ ਵਾਹੀਯੋਗ ਬਣਾਇਆ ਸੀ। ਪਰ ਹੁਣ ਉਹਨਾਂ ਜ਼ਮੀਨਾਂ 'ਤੇ ਕੁਝ ਧਰਨਾੜ ਲੋਕ ਬੇਈਮਾਨ ਹੋਏ ਫਿਰਦੇ ਨੇ ਅਤੇ ਉਹਨਾਂ ਜ਼ਮੀਨਾਂ 'ਤੇ ਕਬਜ਼ਾ ਕਰਨਾ ਚਾਹੁੰਦੇ ਨੇ, ਜਦਕਿ ਉਹਨਾਂ ਲੋਕਾਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਮਾਲਕੀ ਹੱਕ ਮੌਜੂਦਾ ਨਹੀਂ ਹੈ ਅਤੇ ਨਾ ਹੀ ਉਹਨਾਂ ਕੋਲ ਕੋਈ ਕਾਗਜ਼ਾਤ ਨੇ, ਜਦਕਿ ਜੋ ਲੋਕ ਇਹਨਾਂ ਜ਼ਮੀਨਾਂ 'ਤੇ ਆਪਣੇ ਆਪ ਨੂੰ ਮਾਲਕ ਦੱਸ ਰਹੇ ਨੇ ਉਹਨਾਂ 'ਤੇ ਕ੍ਰਾਈਮ ਦੇ ਕਈ ਮਾਮਲੇ ਦਰਜ ਨੇ, ਕਈਆਂ 'ਤੇ ਤਾਂ ਹੈਰੋਇਨ ਦੇ ਮਾਮਲੇ ਵੀ ਦਰਜ ਨੇ। ਇਸ ਲਈ ਸਰਕਾਰ ਸਿਰਫ ਉਹਨਾਂ ਨੂੰ ਹੀ ਮਾਲਕੀ ਹੱਕ ਦੇਵੇ ਜੋ ਇਹਨਾਂ ਜ਼ਮੀਨਾਂ ਦੇ ਅਸਲ ਹੱਕਦਾਰ ਹੋਣ। ਹੋਰ ਕੀ ਕੁਝ ਬੋਲੇ ਸੂਬਾ ਪ੍ਰਧਾਨ ਫਰਮਾਨ ਸਿੰਘ ਇਹਨਾਂ ਮਾਮਲਿਆਂ ਨੂੰ ਲੈ ਕੇ, ਆਓ ਸੁਣਦੇ ਹਾਂ। ਜਿੱਥੇ 1100 ਏਕੜ ਜ਼ਮੀਨਾਂ 200 ਏਕੜ ਜਿਹੜੀ ਮਾਲਕਾਂ ਨਾਲ ਹੱਕ ਆ ਲੋਕਾਂ ਦਾ, ਜਿਹੜੇ ਉਹ ਲੋਕ ਉੱਥੇ ਜ਼ਮੀਨ ਦੀ ਵਾਹੀ ਕਰਦੇ ਆ, 900 ਏਕੜ ਜ਼ਮੀਨ ਜਿਹੜੀ ਸੈਂਟਰ ਗੌਰਮੈਂਟ ਦੀ ਆ, ਜਿਨ੍ਹਾਂ 'ਤੇ ਇਹ ਪੰਜ ਪਿੰਡ ਦੇ ਲੋਕ ਵਾਹੀ ਕਰਦੇ ਸੀ 47 ਤੋਂ ਲੈ ਕੇ 2005 ਤੱਕ। 5 ਤੋਂ ਬਾਅਦ ਜਦੋਂ 88 ਤੋਂ ਬਾਅਦ ਮਹਿਣ ਲੱਗ ਗਏ, ਜਦੋਂ ਕੁਦਰਤ ਦੀ ਕਰੋਪੀ ਆਉਂਦੀ ਸੀ ਉਦੋਂ ਜ਼ਮੀਨ ਢਹਿ ਜਾਂਦੀ ਸੀ ਪਾਣੀ ਕਾਰਨ, ਜਾਂ ਜੰਗ ਲੱਗਣ ਕਾਰਨ ਬਾਰਡਰ 'ਤੇ, ਕਿਉਂਕਿ ਬਾਰਡਰ ਤੋਂ 2-3 ਕਿਲੋਮੀਟਰ ਹੈ, ਉਦੋਂ ਲੋਕ ਪਿੱਛੇ ਹਟ ਜਾਂਦੇ ਸੀ। ਇਹਨਾਂ ਲੋਕਾਂ ਨੇ ਮਿਹਨਤ ਮੁਸ਼ਕਤ ਕਰਕੇ ਉੱਥੇ ਡੇਰੇ ਲਾ ਛੱਡੇ, ਕਿਉਂਕਿ ਇਹ ਜੱਦੀ ਪੁਸ਼ਤੀ ਲੋਕ ਉੱਥੋਂ ਦੇ ਰਹਿਣ ਵਾਲੇ ਨੇ ਪੰਜਾਂ ਪਿੰਡਾਂ ਦੇ, ਔਰ ਇਹਨਾਂ ਦਾ ਮਾਲਕਾਂ ਦਾ ਹੱਕ ਬਣਦਾ ਉਹਨਾਂ ਉਸ ਤਰ੍ਹਾਂ ਜ਼ਮੀਨਾਂ 'ਤੇ। ਇਹ ਕਿੱਥੇ ਹੈਗੀ, ਕਿਹੜੇ ਕਿਹੜੇ ਪਿੰਡ ਹੈਗੇ ਸੀ? ਇਹ ਬਲਾਕ ਮਮਦੂੜ ਦੇ ਵਿੱਚ ਪੰਬਾ ਹਾਜੀ, ਰੇਲਾ ਹਾਜੀ, ਨਿਹਾਲਾ ਕਿਲਚਾ, ਗੰਦੂ ਤੇਲਾ, ਗੰਦੂ ਕਿਲਚਾ। ਹੁਣ ਕੀ ਕਾਰਨ ਪੈ ਗਿਆ ਤੁਹਾਨੂੰ ਪ੍ਰੈਸ ਕਾਨਫਰੰਸ ਕਰਨ ਦਾ? ਦੇਖੋ, ਅਸੀਂ ਸਰਕਾਰ ਨੂੰ ਤੁਹਾਡੇ ਮੀਡੀਆ ਰਾਹੀਂ ਅਪੀਲ ਕੀਤੀ ਆ ਕਿ ਉਹ ਜਿਹੜੀ ਜ਼ਮੀਨ ਆ ਸਰਕਾਰ ਦੀ ਕੋਈ ਪੋਲਿਸੀ ਬਣਾਈ ਜਾਵੇ, ਭਰਾ ਮਾਰੂ ਜੰਗ ਨਾ ਹੋਵੇ, ਕਿਉਂਕਿ ਉੱਥੇ ਸਮਗਲਰ ਹੈਵੀ ਆ। ਉਹ ਕਿਸਾਨ ਜਥੇਬੰਦੀਆਂ ਦਾ ਆਸਰਾ ਲੈ ਕੇ ਧਰਨਾ ਲਾ ਲਿਆ, ਸਰਕਾਰ ਨੂੰ ਦਬਾਉਣ ਲਈ ਕੋਈ ਪ੍ਰੈਸ਼ਰਾਈਜ਼ ਕਰ ਲਿਆ, ਇਸ ਕਰਕੇ ਅਸੀਂ ਸਰਕਾਰ ਨੂੰ ਅਪੀਲ ਕੀਤੀ ਆ। ਔਰ ਉਹ ਲੋਕ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਝੰਡੇ ਹੇਠ ਆਬਾਦਕਾਰ ਲੋਕ ਅੱਜ ਤੁਹਾਡੇ ਸਾਹਮਣੇ ਕੀਤੇ ਨੇ ਕਿ ਇਹਨਾਂ ਲੋਕਾਂ ਦਾ ਜਿਹੜਾ ਮਾਲਕਾਨੀ ਹੱਕ ਬਣਦਾ ਹੈ ਇਹਨਾਂ ਨੂੰ ਦਿੱਤਾ ਜਾਵੇ, ਔਰ ਸਰਕਾਰ ਇਹਨਾਂ ਨੂੰ ਹੱਕ ਦਵਾਵੇ। ਜਿਸ ਤਰ੍ਹਾਂ ਦੀ ਪੋਲਿਸੀ ਆ, ਚਾਹੇ 74 'ਤੇ ਦੇਣਾ ਹੈ, ਚਾਹੇ ਇਹਨਾਂ ਲੋਕਾਂ ਨੂੰ ਅਲਾਟਮੈਂਟ ਕਰਨੀ ਆ, ਪਹਿਲ ਦਾ ਹੱਕ ਜਿਹੜਾ ਉਹਨਾਂ ਆਬਾਦਕਾਰਾਂ ਨੂੰ ਜਿਹੜੇ 47 ਤੋਂ ਲੈ ਕੇ ਨੇ। ਡੱਲੇਵਾਲ ਸਾਹਿਬ ਸਾਡੇ ਨਾਲ ਸੰਯੁਕਤ ਮੋਰਚੇ ਦਾ ਹਿੱਸਾ ਵੀ ਰਹੇ ਨੇ ਉਹ, ਔਰ ਦਿੱਲੀ ਅੰਦੋਲਨ ਦੇ ਵਿੱਚ ਵੀ ਅਸੀਂ ਇਕੱਠਿਆਂ ਕੰਮ ਕੀਤਾ ਹੈ। ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਤੁਸੀਂ ਸੱਚਾਈ ਦੇਖੋ, ਜੋ ਥੱਲੇ ਸੱਚਾਈ ਆ, ਜੋ ਗਰਾਊਂਡ ਲੈਵਲ 'ਤੇ ਦੇਖੋ ਤੁਸੀਂ, ਉਸ ਚੀਜ਼ ਨੂੰ ਦੇਖੋ ਕਿ ਜਿਹੜੇ ਵਿਨੋਦ ਕੁਮਾਰ ਪਟਵਾਰੀ ਨੇ ਗਲਤ ਗਰਦੌਰੀ ਕਰਕੇ 6 ਮਹੀਨੇ ਵਿੱਚ ਉਹਦੇ 'ਤੇ ਪਰਚਾ ਵੀ ਹੋ ਗਿਆ ਔਰ ਗਰਦੌਰੀਓ ਵੀ ਟੁੱਟ ਗਿਆ, ਉਹਨੂੰ ਹਜ਼ਾਰ ਮੰਨ ਕੇ ਨਾ ਚੱਲੋ। 1947 ਤੋਂ ਲੈ ਕੇ 5 ਤੱਕ ਜਿਹੜਾ ਰਿਕਾਰਡ ਆ ਉਹਨੂੰ ਖੰਗਾਲ ਕੇ ਉਸ ਹਿਸਾਬ ਨਾਲ ਚੱਲੋ। ਜੇ ਦੇਖਿਆ ਜਾਵੇ ਤਾਰੋਂ ਪਾਰ ਜ਼ਮੀਨ ਨੂੰ ਲੈ ਕੇ ਦੋ ਜਥੇਬੰਦੀਆਂ ਆਮੋ ਸਾਹਮਣੇ ਹੋਈਆਂ ਲੱਗਦੀਆਂ ਨੇ, ਇੱਕ ਪਾਸੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਤਾਂ ਦੂਸਰੇ ਪਾਸੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਕਿਸਾਨ ਆਗੂ ਆਮੋ ਸਾਹਮਣੇ ਆ ਰਹੇ ਨੇ, ਇੱਕ ਦੂਸਰੇ 'ਤੇ ਇਲਜ਼ਾਮ ਲਗਾਏ ਜਾ ਰਹੇ ਨੇ। ਤਾਂ ਇਹਨਾਂ ਜ਼ਮੀਨਾਂ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਫਿਰੋਜ਼ਪੁਰ ਦੇ ਡੀਸੀ ਦਫ਼ਤਰ ਦੇ ਬਾਹਰ ਭੁੱਖ ਹੜਤਾਲ 'ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਸਿੱਧੂਪੁਰ ਜਥੇਬੰਦੀ ਦੇ ਕਿਸਾਨਾਂ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਜਿਹੜੇ ਉਹਨਾਂ 'ਤੇ ਇਲਜ਼ਾਮ ਲਗਾਏ ਜਾ ਰਹੇ ਨੇ ਉਹ ਸਾਰੇ ਝੂਠੇ ਨੇ, ਜਦਕਿ ਬਾਰਡਰ ਪਾਰ ਜ਼ਮੀਨਾਂ ਦੇ ਅਸਲ ਹੱਕਦਾਰ ਉਹ ਕਿਸਾਨ ਨੇ। ਸਾਡੇ ਕਿਸਾਨਾਂ ਕੋਲ ਬਾਤ ਕਰ ਕਿਸਾਨ ਹੈ ਜੀ, 25 ਸਾਲ ਦੇ ਜਿਵੇਂ ਕਿਸਾਨ ਵਾਰੇ ਨੇ, ਜਿਹੜੀ ਜ਼ਮੀਨ ਦੀ ਉਹ ਬੰਦੇ ਗੱਲ ਕਰ ਰਹੇ ਨੇ, ਉਹ ਜ਼ਮੀਨ ਆ ਜਿਹੜੇ ਬੰਦੇ ਪ੍ਰੈਸ ਕਾਨਫਰੰਸ ਕਰ ਰਹੇ ਨੇ ਉਹ ਖੁਦ ਨਾਲ ਬੈਠੇ ਨੇ, ਉਹਨਾਂ ਨੂੰ ਪਤਾ। ਜਦੋਂ ਅਸੀਂ ਪੰਜਾਬ ਟੇਬਲ ਲੈਵਲ 'ਤੇ ਗੱਲ ਹੁੰਦੀ ਹੈ, ਇਹ ਬੰਦੇ ਕਾਗਜ਼ ਵਿਖਾ ਨਹੀਂ ਪਾਉਂਦੇ, ਉਸ ਕਾਗਜ਼ ਵਿਖਾਉਣ ਤੋਂ ਭੱਜ ਗਏ, MLA ਕੋਲ ਭੱਜੇ, ਸੈਕਟਰੀਏਟ ਤੋਂ ਭੱਜੇ, DC ਸਾਹਿਬ ਦੇ ਸਾਹਮਣੇ ਭੱਜੇ, ਬੰਦੇ ਕਾਗਜ਼ ਕੋਲ ਨਹੀਂ ਗਏ। 25 ਸਾਲ ਤੋਂ ਬੰਦੇ ਕਿਸਾਨ ਵਾਰ ਨੇ, ਸਾਡੇ DC ਸਾਹਿਬ ਖੁਦ ਜਾ ਕੇ ਵੇਖੇ ਫਸਲਾਂ ਵਿੱਚ ਖੜੀਆਂ। ਇਹ ਕਿਵੇਂ ਕਹਿ ਸਕਦੇ, ਮੰਨ ਲਓ ਬਾਤ ਕਰਨੀ, ਅਸੀਂ ਜਿਹੜੀ ਭਾਰਤੀ ਕਿਸਾਨ ਨੂੰ, ਇੱਕ ਤਾਂ ਸਿੱਧੂਪੁਰ ਹੈ, ਪੰਜਾਬ ਦੇ ਪੂਰੇ ਆਬਾਦਕਾਰ ਕਿਸਾਨਾਂ ਦੀ ਲੜਾਈ ਲੜ ਰਹੀ ਹੈ, 2007 ਵਾਲੀ ਪੋਲਿਸੀ ਨਾਲ ਕਿਸਾਨਾਂ ਦੀ ਲੜਾਈ ਲੜ ਰਹੀ ਹੈ। ਅਸੀਂ ਮੰਨ ਲਓ ਐਵੇਂ ਨਹੀਂ ਬੈਠੇ, ਦੇਖੋ ਜੇ ਬੈਠੇ ਆ ਨਾ ਲੋਕਾਂ ਦੇ ਕਿਸਾਨ ਲੜਾਈ ਲੜ ਰਹੇ, ਸਾਡੇ ਤੇ ਇੱਕ ਵੀ ਗੱਲ ਕਰੋ, ਸਾਡਾ ਇਹਨਾਂ ਨਾਲ ਕੋਈ ਜੇ ਲੜਾਈ ਲੜੀ ਹੈ ਅਤੇ ਕਿਸਾਨ ਲੜਾਈ ਲੜਾਂਗੇ, ਇਹ ਤਾਂ ਜਿਹੜੇ ਫਰਮਾਨ ਠੇਕਦਾ ਫਰਮਾਨ ਸਾਹਿਬ ਨੇ, ਇਹ ਤਾਂ ਕੋਈ 10 ਕਾਈਆਂ ਚੱਲਦੀਆਂ ਪੰਜਾਬ ਦੇ ਵਿੱਚ, ਠੀਕ ਹੈ ਜੀ। ਇਹ ਚਿੱਠੀਆਂ ਲਿਖੀਆਂ ਸਰਕਾਰ ਨੂੰ, ਇਹਨਾਂ ਇਲੈਕਸ਼ਨਾਂ 'ਤੇ ਸਪੋਰਟ ਕੀਤੀ, ਇਹ ਸਾਡੇ ਨਾਲ ਗੱਲ ਕੀ ਕਰਨਗੇ? ਕਿਸ ਤਰ੍ਹਾਂ ਦੇਖਦੇ, ਕਿਸਾਨ ਵੀ ਦੋ ਪਾਰਟ ਨਹੀਂ ਹੈਗੇ ਕਿਸਾਨਾਂ ਦੇ ਵਿੱਚ, ਇੱਕ ਪਾਸ ਗਿਆ ਕਿਸਾਨ ਸੰਘਰਸ਼ ਮੋਰਚਾ ਵੀ ਬਣਾਇਆ, ਕਿਸਾਨ ਵੀ ਦੋ ਪਾਰਟ ਨਹੀਂ ਹੋਏ ਫਿਰਦੇ, ਤੁਸੀਂ ਨਿੱਜੀ ਸਵਾਰਥ ਕਿਸੇ ਦਾ ਨਹੀਂ ਜੀ, ਇੱਕ ਨਿੱਜੀ ਸਵਾਰਥ ਹੀ ਕਹਿ ਸਕਦੇ ਹਾਂ, ਇੱਕ ਬੰਦਾ ਠੇਕੇਦਾਰ ਦਾ ਰੇਤੇ ਦਾ ਵਪਾਰੀ ਹੈ, ਦੂਜਾ ਅਕਾਲੀ ਦਲ ਦਾ ਤਾਕੜ ਹੈ, ਇੱਕ ਬੰਦਾ ਅੰਗਰੇਜ਼ ਹੈ, ਹੁਣ ਆਪ ਨਾਲ ਰਲ ਗਿਆ, ਜਾ ਵੇਖੋ ਛੁੱਟੀਆਂ ਵੇਖੋ ਤੁਸੀਂ, ਅੰਗਰੇਜ਼ ਨਾਲ ਰਲੇ ਸਰਕਾਰ ਦੇ ਬੰਦੇ ਨੇ, ਇਹ ਸਰਕਾਰੀ ਬੰਦੇ ਨੇ, ਇਹਨਾਂ ਨੂੰ ਤੁਸੀਂ ਖਸਾਜ ਨੂੰ ਕਹਿ ਦਿਓ, ਨਾਲੇ ਫਿਰ ਇਹਨਾਂ ਚਿੱਠੀਆਂ ਲਿਖੀਆਂ ਸਰਕਾਰ ਨੂੰ, ਨਾਲੇ ਨਾਲ ਇਲੈਕਸ਼ਨ ਲੜਿਆ ਸਾਡੀ ਭਾਰਤੀ ਕਿਸਾਨ ਏਕਤਾ ਸਿੱਧੂਪੁਰ, ਗੈਰ ਸਿਆਸੀ, ਨਾ ਅਸੀਂ ਇਲੈਕਸ਼ਨ ਲੜਿਆ ਨਾ ਇਲੈਕਸ਼ਨ ਦੇ ਹੱਕ ਸੀਗੀ, ਗੈਰ ਸਿਆਸੀ ਆਪਣੇ ਕਿਸਾਨਾਂ ਦੀ, ਅਤੇ ਮਜ਼ਦੂਰ ਦੀ, ਅਤੇ ਦੁਕਾਨਦਾਰ ਦੀ ਗੱਲ ਠੋਕ ਕੇ ਕਰਦੇ ਹਾਂ ਅਤੇ ਕਰਦੇ ਰਹਾਂਗੇ, ਅਤੇ ਇਹਨਾਂ ਕਿਸਾਨਾਂ ਨੂੰ ਜ਼ਮੀਨ ਨੂੰ ਦਵਾਵਾਂਗੇ, ਅਤੇ ਆਬਾਦਕਾਰ ਕਿਸਾਨ ਦੀ ਲੜਾਈ ਪੂਰੇ ਪੰਜਾਬ ਦੇ ਵਿੱਚ ਲੜਾਂਗੇ, ਇੱਕ ਕਿਸਾਨ ਸਾਡੇ ਕਿਸਾਨ ਕੋਈ ਹੋਵੇ, ਭਾਵੇਂ ਉਹਨਾਂ 'ਚੋਂ ਕਿਸਾਨ ਹੋਵੇ, ਜਿਹੜਾ ਵੀ ਕਿਸਾਨ ਮਰਜ਼ੀ ਹੋਵੇ, ਆਬਾਦਕਾਰ ਕਿਸਾਨ
एक दा सबूत देण वालियां किसान जथेबंदियां जो कि हुण तारों पार जमीन नूं लै के आमो सामने हुईयां ने एक दूजे ते इल्जाम लगा रहियां ने अते सरकार नूं इस मसले नूं जल्द हल करन दी अपील भी कर रहियां ने। तां देखणा हुण इह होवेगा कि इस मामले दे हल किन्नी जल्दी सरकारां ते किसान जथेबंदियां वल्लों सहिरदता नाल काम लिया जांदा है। फिरोजपुर तों परमजीत पम्मा दी रिपोर्ट। हुण तुसीं देख सकदे हो ग्लोबल पंजाब टीवी नूं डाउनलोड करो साडी ऐप एंड्रॉयड जां आईओएस ते फ्री विच रोकू अते अमेज़न फायर टीवी ते जा एप्पल टीवी ते नाल ही देख सकते हो लाइव स्ट्रीमिंग www.globalpunjabtv.com ते।